ਮੇਰੇ ਕੋਲ ਇੰਨਿਆਂ ਲੋਕਾਂ ਨੇ ਇਹਦੇ ਬਾਰੇ ਗੱਲ ਕੀਤੀ ਹੈ ਕਿ ਜੀ ਅਸੀਂ ਕਰਤਾਰਪੁਰ ਸਾਹਿਬ ਕਿਵੇਂ ਅਪਲਾਈ ਕਰਨਾ, ਅਤੇ ਮੈਂ ਜਿੰਨਿਆਂ ਨੂੰ ਪੁੱਛਿਆ ਮੈਂ $20 ਵੀ ਦੇਣੇ ਪੈਣੇ, ਕਹਿੰਦੇ ਜੀ 20 ਨਹੀਂ, ਸਾਨੂੰ ਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋਣੇ ਚਾਹੀਦੇ ਆ। ਇਹ ਪੋਲੀਟੀਕਲ ਬੰਦੇ ਅਤੇ ਮੀਡੀਆ ਨੇ ਜ਼ਿਆਦਾ ਹਾਈਪ ਖੜੀ ਕਰ ਦਿੱਤੀ ਹੈ, ਅਤੇ ਮੇਰੇ ਖਿਆਲ ਜਿਹੜੀ ਸੰਗਤ ਜਾਣੀ ਹੈ ਉਹਨਾਂ ਦੇ ਮਨਾਂ 'ਚ ਇਹੋ ਜਿਹੀ ਨਹੀਂ ਗੱਲ। ਦੂਸਰੀ ਚੀਜ਼ ਜਿਹੜੀ ਤੁਸੀਂ ਕਹਿੰਦੇ ਹੋ ਕਿ 70 ਲੱਖ ਰੁਪਈਆ ਪਰ ਡੇ ਬਣਨਾ, ਇਹ ਮੈਂ ਆਪਣੇ ਮਨੁੱਖੇ ਨਾਲ, ਮੈਂ ਪੰਜਾਬ ਦੇ ਦੀ ਗੱਲ ਕਰਾਂ ਜੀ, ਅਤੇ ਪੰਜਾਬ ਗੌਰਮੈਂਟ ਕਦੀ ਵੀ 70 ਲੱਖ ਰੁਪਈਆ ਰੋਜ਼ ਦਾ ਇਹ ਨਹੀਂ ਅਫੋਰਡ ਕਰ ਸਕਦੀ, ਕੋਈ ਵੀ ਗੌਰਮੈਂਟ ਹੋਏ। ਇਹਦੇ 'ਚ ਇਹ ਚਾਹੀਦਾ ਕਿ ਜਿਵੇਂ ਗੌਰਮੈਂਟ ਆਫ ਇੰਡੀਆ ਉਹਨਾਂ ਨੇ ਜਿਵੇਂ ਹਜ ਵਾਲਿਆਂ ਨੂੰ ਮੁਸਲਿਮ ਭਰਾਵਾਂ ਲਈ ਸਬਸਿਡਾਈਜ਼ ਕੀਤਾ, ਇਸੇ ਤਰ੍ਹਾਂ ਇਹਨੂੰ SGPC ਨੂੰ ਕਰਨਾ ਚਾਹੀਦਾ। ਪਰ ਉਹ ਕਿਉਂਕਿ SGPC ਜਿੰਨਾ ਕੋਲ ਹੈ ਉਹੀ ਤਾਂ ਮੰਗ ਕਰ ਰਹੇ ਨੇ, ਉਹ ਉੱਧਰ ਨੂੰ ਨਹੀਂ ਤੁਰਦੇ, ਉਹ ਸਰਕਾਰ ਵੱਲ ਨੂੰ ਤੁਰਦੇ ਨੇ। ਉਹਨਾਂ ਦਾ ਕੰਮ ਹੈ ਕਿ ਗੱਲ ਨੂੰ ਠੀਕ ਪਾਸੇ ਨਹੀਂ। ਅੱਜ ਜੇ ਇਹੋ ਹੀ ਸਿੱਖ ਕੌਮ ਦੀ ਗੱਲ ਕਰੀਏ ਜਾਂ ਇਹਦੀ ਗੱਲ ਕਰ ਲੈਂਦੇ ਕਿ 10-15 ਕਰੋੜ ਰੁਪਈਆ ਜਿਹੜਾ ਪੰਡਾਲ 'ਤੇ ਲਾ ਰਹੇ ਨੇ, ਅਤੇ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਸਰਕਾਰੀ ਪੰਡਾਲ ਆ, ਸਰਕਾਰ ਦਾ ਜਿਹੜਾ ਪੰਡਾਲ ਹੈ, ਗੌਰਮੈਂਟ ਜਿਹੜੀ ਲੋਕਾਂ ਦੀ ਗੌਰਮੈਂਟ ਆ, ਉਹ ਧਰਮ ਨਿਰਪੱਖ ਗੌਰਮੈਂਟ ਆ, ਉਹਦੇ ਉੱਤੇ ਕੈਪਟਨ ਸਾਹਿਬ ਨੇ ਆਪ ਵੀ ਜਥੇਦਾਰ ਸਾਹਿਬ ਨਾਲ ਟੈਲੀਫੋਨ 'ਤੇ ਗੱਲ ਕੀਤੀ ਕਿ ਉਹ ਜਿਹੜੀ ਸਰਕਾਰ ਦੀ ਸਟੇਜ ਆ ਉਹਦੇ 'ਤੇ ਤੁਸੀਂ ਆ ਕੇ ਆਪ ਉਹਦਾ ਕੰਟਰੋਲ ਕਰੋ, ਔਰ ਜਿਹਨੂੰ ਕਿਸੇ ਨੂੰ ਬਿਠਾਉਣਾ ਉੱਥੇ। ਜਥੇਦਾਰ ਸਾਹਿਬ ਨੂੰ ਮੈਂ ਉਹਨਾਂ ਦੇ ਔਫਿਸ 'ਚ ਬੈਠ ਕੇ ਉਹਨਾਂ ਮੈਨੂੰ ਕਿਹਾ, ਤੁਸੀਂ ਮੇਰੀ ਫੋਟੋ ਵੀ ਵੇਖਣੀ, ਜਦੋਂ ਕੰਨ ਲਾ ਕੇ ਮੈਂ ਸੁਣ ਰਿਹਾ ਤਾਂ ਉਹ ਕਹਿ ਰਹੇ ਨੇ ਕਿ ਜੇ ਬਾਦਲ ਸਾਹਿਬ ਬੈਠਣ, ਮੈਂ ਕਿਹਾ ਸਾਡੇ ਬਜ਼ੁਰਗ ਨੇ ਉਹ ਵੀ ਉੱਥੇ ਜਿੱਥੇ ਪ੍ਰਾਈਮ ਮਿਨਿਸਟਰ ਸਾਹਿਬ ਬੈਠਣਗੇ, ਜਿੱਥੇ 5 ਬੈਠਣਗੇ ਉੱਥੇ 6ਵੇਂ ਬਾਦਲ ਸਾਹਿਬ ਵੱਡੇ ਵੀ ਬੈਠਣਗੇ, ਕਿਉਂਕਿ ਹੁਣ ਸਾਰੇ ਸਾਡੇ ਬਜ਼ੁਰਗਾਂ ਦੇ ਟਾਈਮ 'ਚ ਨੇ, ਇੱਕੋ ਹੀ ਸਾਡੇ ਕੋਲ ਬਜ਼ੁਰਗ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਉੱਥੇ ਬਿਠਾਉਣਾ ਚਾਹੀਦਾ, ਉਹਨਾਂ ਦਾ ਮਾਨ ਸਤਿਕਾਰ ਵੀ ਹੋਣਾ ਚਾਹੀਦਾ। ਅਤੇ ਇਸ ਦੇ ਬਾਵਜੂਦ ਜੇ ਸਾਰਾ ਕੁਝ ਸਰਕਾਰ ਕਹਿ ਦਿੰਦੀ ਹੈ ਕਿ ਸਾਨੂੰ ਮਨਜ਼ੂਰ ਆ, ਤਾਂ ਉਹਦੇ ਬਾਅਦ ਜਥੇਦਾਰ ਸਾਹਿਬ ਦੀ ਕੀ ਮਜਬੂਰੀ ਆ, ਇਹ ਜਥੇਦਾਰ ਸਾਹਿਬ ਦੱਸ ਸਕਦੇ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸਾਹਿਬ? ਤਰੀਕ ਸਾਹਮਣੇ ਆਈ ਹੈ ਜਦੋਂ ਜਥਾ ਪਹਿਲਾਂ ਰਵਾਨਾ ਕੀਤਾ ਜਾਵੇਗਾ? ਅਜੇ ਜਿਹੜੀ ਅਜੇ ਤਾਂ ਸਾਨੂੰ ਜਿਹੜੀ ਪੰਜਾਬ ਗੌਰਮੈਂਟ ਦੇ ਮਿਨਿਸਟਰਾਂ ਨੇ ਜਾਣਾ ਸੀ, MLAs ਨੇ, ਔਫਿਸਰਸ ਨੇ ਜਾਣਾ ਸੀ, ਸਾਨੂੰ ਤਾਂ ਅਜੇ ਉਹਨਾਂ ਨੂੰ ਮਨਜ਼ੂਰੀ ਨਹੀਂ ਕਿ ਮਿਲੀ, ਅਤੇ ਮੈਂ ਇਹਦੇ ਬਾਰੇ ਤੁਹਾਨੂੰ ਕੀ ਦੱਸ ਦਾਂਗਾ। ਸਾਨੂੰ 3 ਮਹੀਨੇ ਹੋ ਗਏ ਗੌਰਮੈਂਟ ਆਫ ਇੰਡੀਆ ਕੋਲੋਂ ਪਾਕਿਸਤਾਨ ਜਾਣ ਦੀ ਮਨਜ਼ੂਰੀ ਮੰਗ ਰਹੇ ਹਾਂ, ਅਤੇ ਸਾਨੂੰ ਉਹਨਾਂ ਨੇ ਨਹੀਂ ਦਿੱਤੀ। ਇਹ ਗੌਰਮੈਂਟ ਆਫ ਇੰਡੀਆ ਜਿਹੜੀ ਆ ਇਹ ਦੱਸ ਸਕਦੀ ਹੈ ਕਿ ਕੱਲ੍ਹ ਜਿਹੜੇ ਆਉਣੇ ਉਹਨਾਂ ਨੂੰ ਪੁੱਛਿਓ ਤੁਸੀਂ, ਮੈਂ ਤਾਂ ਪੰਜਾਬ ਗੌਰਮੈਂਟ ਦੀ ਕੋਈ ਤੁਹਾਨੂੰ ਗੱਲ ਦਾ ਜਵਾਬ ਦੇ ਸਕਦਾ।